ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੁਸੀਂ ਵੇਖ ਰਹੇ ਹੋ ਸਾਡਾ ਬਹੁਤ ਹੀ ਖਾਸ 쇼 ਔਰ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੈਨੇਡਾ ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਅਪਡੇਟ ਹੈ ਸਭ ਤੋਂ ਪਹਿਲਾਂ ਤਾਂ ਇਹ ਵੀ ਅਸੀਂ ਵੱਖ-ਵੱਖ 쇼 ਦੇ ਵਿੱਚ ਦੱਸ ਰਹੇ ਹਾਂ ਗੁਰਪ੍ਰੀਤ ਜੀ ਵੀ ਦੱਸ ਰਹੇ ਨੇ ਕਿ ਪ੍ਰੋਸੈਸਿੰਗ ਟਾਈਮ ਕੈਨੇਡਾ ਦਾ ਫੇਰ ਘਟਾ ਦਿੱਤਾ ਹੈ ਵੱਡੀ ਖਬਰ ਆਈ ਹੈ ਪ੍ਰੋਸੈਸਿੰਗ ਟਾਈਮ ਹੋ ਗਿਆ ਪਰ ਹੁਣ ਜਿਹੜੇ ਅਸੀਂ ਗੱਲ ਕਰਾਂਗੇ ਇਸ ਸ਼ੋਅ ਦੇ ਵਿੱਚ ਉਹ ਬੜਾ ਇੰਪੋਰਟੈਂਟ ਟੌਪਿਕ ਹੈ ਸਟੂਡੈਂਟ ਪ੍ਰੋਸੈਸਿੰਗ ਟਾਈਮ ਵੱਧ ਹੋਣ ਕਰਕੇ ਕਾਫੀ ਜ਼ਿਆਦਾ ਹੈਜ਼ਿਟੈਂਟ ਸੀਗੇ ਅਪਲਾਈ ਕਰਨ ਦੇ ਲਈ ਮਈ ਇਨਟੇਕ ਔਰ ਸੈਪਟੈਂਬਰ ਇਨਟੇਕ ਲਈ ਪਰ ਹੁਣ ਇੱਕ ਤਾਂ ਪ੍ਰੋਸੈਸਿੰਗ ਟਾਈਮ ਵੱਧ ਗਿਆ ਔਰ ਦੂਸਰਾ ਫ੍ਰੀ ਆਫਰ ਲੈਟਰਸ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਲਜਸ ਨੇ ਸਰਕਾਰੀ ਨੇ ਪ੍ਰਾਈਵੇਟ ਨੇ ਕਿਹੜੇ ਨੇ ਉਹਨਾਂ ਦਾ ਕੀ ਬੈਨੀਫਿਟ ਹੈ ਇਹ ਵਿਸ਼ਾ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਿੱਥੇ ਕਿੱਥੇ ਆਫਰ ਲੈਟਰਸ ਫ੍ਰੀ ਨੇ ਔਰ ਇਹਦੇ ਨਾਲ ਨਾਲ ਬਹੁਤ ਸਾਰੇ ਸਟੂਡੈਂਟਸ ਨੇ ਉਹਨਾਂ ਨੇ ਆਫਰ ਲੈਟਰ ਅਪਲਾਈ ਕੀਤੇ ਪਰ ਉਹਨਾਂ ਨੂੰ ਰਿਪਲਾਈ ਨਹੀਂ ਆ ਰਿਹਾ ਹੁਣ ਇੱਥੇ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਸਟੂਡੈਂਟ ਜਦੋਂ ਕਿਸੇ ਕੰਸਲਟੈਂਟ ਦੇ ਕੋਲੋਂ ਕਿਸੇ ਯੂਨੀਵਰਸਿਟੀ ਜਾਂ ਕਾਲਜ 'ਚ ਅਪਲਾਈ ਕਰਦੇ ਨੇ ਕਿ ਉਹ ਕੰਸਲਟੈਂਟ ਉਸ ਯੂਨੀਵਰਸਿਟੀ ਜਾਂ ਕਾਲਜ ਦੇ ਡਾਇਰੈਕਟ ਰਿਪ੍ਰੇਜ਼ੈਂਟੇਟਿਵ ਹੁੰਦੇ ਨੇ ਆਫਰ ਲੈਟਰ ਸਮੇਂ ਸਿਰ ਆਉਣ ਲਈ ਇਹ ਵੀ ਚੀਜ਼ਾਂ ਬੜੀਆਂ ਜ਼ਰੂਰੀ ਨੇ ਸਾਰੀਆਂ ਚੀਜ਼ਾਂ ਤੇ ਅੱਜ ਗੁਰਪ੍ਰੀਤ ਜੀ ਨਾਲ ਗੱਲ ਕਰਾਂਗੇ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਆਫਰ ਲੈਟਰਸ ਜਿਹੜੀਆਂ ਨੇ ਉਹ ਕੰਪਲੀਮੈਂਟਰੀ ਕਿੱਥੇ ਕਿੱਥੇ ਹੋ ਗਈਆਂ ਬਿਲਕੁਲ ਸਮੇਂ-ਸਮੇਂ ਸਿਰ ਦੇ ਉੱਤੇ ਕਾਫੀ ਕਾਲਜੇਜ਼ ਆਪਣੇ ਇਹ ਫਲੈਕਸੀਬਲ ਰਹਿੰਦੇ ਨੇ ਔਰ ਆਪਣੀ ਜਿਹੜੀ ਸਕਾਲਰਸ਼ਿਪਸ ਦਿੰਦੇ ਨੇ ਨਾਲ-ਨਾਲ ਆਫਰ ਲੈਟਰ ਫ੍ਰੀ ਜ਼ਰੂਰ ਦਿੰਦੇ ਨੇ ਹੁਣ ਆ ਪਿੱਛੇ ਜੇ ਦੇਖਿਆ ਜਾਵੇ ਤੇ ਦੋ ਦਿਨ ਪਹਿਲਾਂ ਵੀ ਗੱਲ ਕਰਾਂ ਤੇ ਬਾਉ ਵੈਲੀ ਕਾਲਜ ਨੇ ਜਦੋਂ ਲੈਂਡਮਾਰਕ ਦੇ ਪਲੈਟਫਾਰਮ ਦੇ ਉੱਤੇ ਆ ਕੇ ਸੈਮੀਨਾਰ ਕੀਤਾ ਆਨਲਾਈਨ ਇੱਕ ਲਾਈਵ ਸ਼ੋਅ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਆਪਣੇ ਸਵਾਲਾਂ ਦੇ ਜਵਾਬ ਪੁੱਛੇ ਔਰ ਕਈ ਸਾਰੇ ਸਟੂਡੈਂਟ ਨੇ ਉਹਨੂੰ ਦੇਖ ਕੇ ਅਪਲਾਈ ਵੀ ਕੀਤਾ ਉੱਥੇ ਹੀ ਔਨ ਦਾ ਸਪਾਟ ਉਹਨਾਂ ਨੇ ਆਫਰ ਦੇ ਦਿੱਤੀ ਇਹ ਆਉਣ ਵਾਲੇ ਅਗਲੇ 15 ਦਿਨਾਂ ਵਿੱਚ ਲੈਂਡਮੈਕ ਇਮੀਗ੍ਰੇਸ਼ਨ ਦੇ ਪਲੇਟਫਾਰਮ ਤੋਂ ਕਰਕੇ ਅਪਲਾਈ ਕਰਦਾ ਤੇ ਉਹਨੂੰ ਜਿਹੜੀ ਹੈ ਬਾਓ ਵੈਲੀ ਦੀ ਆਫਰ ਲੈਟਰ ਤੇ ਜਿਹੜੀ ਹੈਗੀ ਉਹ ਫ੍ਰੀ ਆਫ ਕਾਸਟ ਮਿਲੇਗੀ ਸਟੂਡੈਂਟ ਆਪਣੇ 140 ਡਾਲਰ ਬਚਾ ਸਕਦਾ ਹੈ ਇਹਦੇ ਨਾਲ-ਨਾਲ ਲੈਂਡਮੈਕ ਇਮੀਗ੍ਰੇਸ਼ਨ ਹਮੇਸ਼ਾ ਰابطਾ ਕਾਇਮ ਰੱਖਦਾ ਹੈ ਕਾਲਜੇਸ ਨਾਲ ਯੂਨੀਵਰਸਿਟੀ ਦੇ ਨਾਲ ਕਿ ਉਹ ਮੈਕਸਿਮਮ ਯੂਨੀਵਰਸਿਟੀ ਕਾਲਜੇਸ ਕੋਈ ਹੈਗੇ ਜੇ ਸਕਾਲ ਫ੍ਰੀ ਦੇ ਸਕਣ ਆਫਰ ਲੈਟਰ ਤੇ ਅਸੀਂ ਟਰਾਈ ਕਰਦੇ ਹਾਂ ਉੱਥੇ ਹੀ ਯੂਸੀਡਬਲ ਵੀ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਅਪਰੂਵਲ ਦਿੱਤੀ ਹੋਈ ਹੈ ਯੂਨੀਵਰਸਿਟੀ ਕੈਨੇਡਾ ਵੈਸਟ ਵੈਂਕੂਵਰ ਸਿਚੁਏਟਿਡ ਹੈ ਕੀ ਤੁਸੀਂ ਅਗਰ ਜਾਣਾ ਚਾਹੁੰਦੇ ਹੋ ਤੁਸੀਂ ਅਗਰ ਆਉਣਾ ਚਾਹੁੰਦੇ ਹੋ ਤਾਂ 150 ਡਾਲਰ ਬਚਾ ਕੇ ਆਪਣਾ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਯੂਸੀਡਬਲੂ ਔਰ ਨਾਲ ਬਾਓ ਵੈਲੀ ਕਾਲਜ ਉਸ ਤੋਂ ਬਾਅਦ ਅਗਰ ਤੁਸੀਂ 온ਟਾਰੀਓ ਸੋਚਦੇ ਹੋ ਤਾਂ ਨਾਇਗਰਾ ਕਾਲਜ ਬਿਲਕੁਲ ਨਾਇਗਰਾ ਕਾਲਜ ਇਸ ਗਿਵਿੰਗ ਯੂ ਅ ਫਰੀ ਆਫ ਕਾਸਟ ਆਫ ਅ ਲੈਟਰ ਅਗਰ ਟੋਰਾਂਟੋ ਮਿਸਿਸ਼ਾਗਾ ਦੀ ਗੱਲ ਕਰਾਂ ਸਾਰਨੀਆਂ ਦੀ ਗੱਲ ਕਰਾਂ ਤਾਂ ਯੈਸ ਲੈਂਪਟਨ ਕਾਲਜ ਇੱਕ ਵੈਲ ਰੈਨੋਨਡ ਨੇਮ ਹੈ ਪੀਜੀ ਪ੍ਰੋਗਰਾਮਸ ਯੂਜੀ ਪ੍ਰੋਗਰਾਮਸ ਟੈਕਨੀਕਲ ਪ੍ਰੋਗਰਾਮਸ ਬਹੁਤ ਸਾਰੇ ਜਿਹੜੇ ਐ ਪ੍ਰੋਗਰਾਮਸ ਹੈਗੇ ਨੇ ਸੋ ਉਹ ਵੀ ਤੁਹਾਨੂੰ ਆਫਰ ਲੈਟਰ ਫ੍ਰੀ ਦੇ ਰਿਆ ਉਸ ਤੋਂ ਨਾਲ ਅਲਗੋਮਾ ਯੂਨੀਵਰਸਿਟੀ ਬਟ ਅਲਗੋਮਾ ਯੂਨੀਵਰਸਿਟੀ ਚ ਕੰਡੀਸ਼ਨ ਹੈ ਜੇ ਤੁਸੀਂ ਪੀਜੀ ਐਚ ਆਰਐਮ ਦੇ ਪ੍ਰੋਗਰਾਮ ਦੇ ਲਈ ਕਰ ਰਹੇ ਹੋ ਅਪਲਾਈ ਜਾਂ ਤੁਸੀਂ ਬਿਜ਼ਨਸ ਪ੍ਰੋਗਰਾਮ ਦੇ ਲਈ ਕਰ ਰਹੇ ਹੋ ਅਪਲਾਈ ਦੈਨ ਓਨਲੀ ਯੂਲ ਗੈਟ ਅ ਵੇਵਰ ਆਫ ਦਾ 125 ਡਾਲਰ ਸੋ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਇਹ ਚੀਜ਼ ਕਲੀਅਰ ਕਰ ਸਕਦੇ ਹੋ ਨਾਲ ਨਾਲ ਜੇ ਤੁਸੀਂ ਕਿਊਬੈਕ ਮੌਂਟਰੀਅਲ ਦੇ ਵਿੱਚ ਸੋਚ ਰਹੇ ਹੋ ਤਾਂ ਡੈਫੀਨੇਟਲੀ ਤਰਬੈਸ ਕਾਲਜ ਜਿਹੜਾ ਤਰਬੈਸ ਇੰਸਟੀਚੂਟ ਹੈਗਾ ਦੇ ਆਰ ਗਿਵਿੰਗ ਯੂ ਫ੍ਰੀ ਆਫ ਕਾਸਟ ਆਫ ਅ ਲੈਟਰ ਵੈਸੇ 250 ਡਾਲਰ ਦੀ ਕਾਸਟਿੰਗ ਹੈ ਆਫਰ ਦੀ ਤੋਂ 250 ਡਾਲਰ ਸਟੂਡੈਂਟ ਬਚਾ ਸਕਦਾ ਹੈ ਔਰ ਤਰਬੈਸ ਇੰਸਟੀਚੂਟ ਦੇ ਵਿੱਚ ਅਪਲਾਈ ਕਰ ਸਕਦਾ ਹੈ ਤਰ ਬੈਸ ਤੋਂ ਬਾਅਦ ਜੇ ਕਮਨਟਰੀਅਲ ਕਿਊਬੈਕ ਦੇ ਹੋਰ ਕਾਲਜਸ ਦੀ ਗੱਲ ਕਰਾਂ ਤਾਂ ਬਿਲਕੁਲ ਸੀਸੀਐਸਕਿਊ ਕਾਲਜ ਵੀ ਫ੍ਰੀ ਆਫ ਕਾਸਟ ਆਫਰ ਦੇ ਰਿਹਾ ਹੈ ਸੀਡੀਈ ਕਾਲਜ ਵੀ ਬਿਲਕੁਲ ਫ੍ਰੀ ਆਫ ਕਾਸਟ ਆਫਰ ਦੇ ਰਿਹਾ ਹੈ ਆਈਐਸਆਈ ਕਾਲਜ ਵੀ ਦੇ ਰਿਹਾ ਹੈ ਔਰ ਐਮ ਕਾਲਜ ਵੀ ਤੁਹਾਨੂੰ ਫ੍ਰੀ ਆਫ ਕਾਸਟ ਆਫਰ ਲੈਟਰ ਦੇ ਰਿਹਾ ਹੈ ਉਹਦੇ ਨਾਲ ਅਗਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਮੈਂ ਦੱਸਿਆ ਯੂਨੀਵਰਸਿਟੀ ਕੈਨੇਡਾ ਵਾਸ ਦੇ ਰਹੀ ਹੈ ਉਹਦੇ ਨਾਲ ਨਾਲ ਐਕਸੈਂਡਾ ਸਕੂਲ ਆਫ ਮੈਨੇਜਮੈਂਟ ਬਿਲਕੁਲ ਉਹ ਵੀ ਤੁਹਾਨੂੰ ਆਫਰ ਲੈਟਰ ਫ੍ਰੀ ਦੇ ਰਿਹਾ ਤੁਸੀਂ ਉਹ ਵੀ ਆਪਣੇ ਪੈਸੇ ਬਚਾ ਸਕਦੇ ਹੋ ਟੋਰਾਂਟੋ ਦੀ ਗੱਲ ਕਰਾਂ ਟੋਰਾਂਟੋ ਸਕੂਲ ਆਫ ਮੈਨੇਜਮੈਂਟ ਦੇ ਆਰ ਗਿਵਿੰਗ ਯੂ ਫਰੀ ਆਫਰ ਲੈਟਰ ਸੋ ਮੈਨੂੰ ਲੱਗਦਾ ਮੈਂ ਆਲਮੋਸਟ 12 ਨਾਮ ਬੋਲੇ ਜਿਹੜੇ ਇਸ ਟਾਈਮ ਦੇ ਉੱਤੇ ਤੁਹਾਨੂੰ ਆਫਰ ਲੈਟਰ ਜਿਹੜੀ ਆ ਉਹ ਫਰੀ ਆਫ ਕੋਸਟ ਦੇ ਰਹੇ ਆ ਕਿਉਂਕਿ ਸਮੇ ਸਮੇਂ ਸਰ ਇਹ ਜਿਹੜੀ ਵੇਵਰਸ ਹੈ ਡਿਫਰੈਂਟ ਡਿਫਰੈਂਟ ਕਾਲਜਸ ਤੋਂ ਯੂਨੀਵਰਸਿਟੀਆਂ ਤੋਂ ਆਉਂਦੀ ਰਹਿੰਦੀ ਹੈ ਇਹਦੇ ਵਿੱਚ ਕੀ ਹੋ ਸਕਦਾ ਤੁਸੀਂ ਇਨੀਸ਼ੀਅਲੀ ਆਪਣੀ ਕੋਸਟ ਕਟਿੰਗ ਦੇਖ ਸਕਦੇ ਹੋ ਔਰ ਨਾਲ ਨਾਲ ਸੁਪੋਜ਼ ਤੁਸੀਂ ਕਿਸੇ ਇੱਕ ਪੇਡ ਕਾਲਜ ਵਿੱਚ ਅਪਲਾਈ ਕਰਦੇ ਹੋ ਜਿੱਥੇ ਆਫਰ ਲੈਟਰ ਪੇਡ ਹੈ ਨਾਲ ਤੁਸੀਂ ਸੈਕੰਡ ਆਪਸ਼ਨ ਅਨਪੇਡ ਆਫਰ ਨੂੰ ਵੀ ਲੈ ਕੇ ਚੱਲ ਸਕਦੇ ਹੋ ਬਟ ਜੇ ਤੁਹਾਡੀ ਅਨਪੇਡ ਆਫਰ ਇੱਥੇ ਹੀ ਤੁਸੀਂ ਜਾਣਾ ਵਾ ਔਰ ਇਹੀ ਕਾਲਜ ਤੁਹਾਨੂੰ ਅਨਪੇਡ ਦੇ ਰਿਹਾ ਤੇ ਤੁਹਾਡੇ 4 ਪੈਸੇ ਬਚ ਰਹੇ ਆ ਸੋ ਕਾਲਜਸ ਦਾ ਤੁਹਾਨੂੰ ਫ੍ਰੀ ਆਫ ਕਾਸਟ ਆਫਰ ਦੇਣਾ ਉਹ ਵੀ ਸਮਝਦੇ ਆ ਕਿ ਸਟੂਡੈਂਟ ਬਹੁਤ ਪਰੇਸ਼ਾਨ ਹੈ ਇਸ ਟਾਈਮ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਕਮਾਈ ਦੇ ਸਾਧਨ ਅੱਗੇ ਹੀ ਬਹੁਤ ਘਟੇ ਹੋਏ ਨੇ ਡਿਊ ਟੂ ਕੋਵਿਡ 19 ਬਹੁਤ ਸਾਰੇ ਕੰਮ ਕਰ ਹੱਲੇ ਵੀ ਠੱਪ ਨੇ ਤੋਂ ਮੈਨੂੰ ਲੱਗਦਾ ਹੈ ਕਿ ਜਿੱਥੇ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਕਾਲਜਸ ਅੱਗੇ ਆ ਰਹੇ ਨੇ ਜਿਹੜੇ ਕਿ ਤੁਹਾਨੂੰ ਫ੍ਰੀ ਆਫ ਕਾਸਟ ਆਫਰ ਲੈਟਰ ਫਾਰ ਮਾਈਨ ਟੇਕ ਔਰ 4 ਸੈਪਟੈਂਬਰ ਫਾਲ 2021 ਮਤਲਬ ਦੋਨੋਂ ਹੀ ਇਮਟੇਕ ਜਿਹੜੇ ਆ ਉਹ ਤੁਹਾਨੂੰ ਦੇ ਰਹੇ ਨੇ ਸੋ ਮੈਨੂੰ ਲੱਗਦਾ ਕਿ ਇਹਦਾ ਜਿਹੜਾ opportunity ਦਾ ਫਾਇਦਾ ਆ ਉਹ ਮੈਕਸਿਮਮ ਸਟੂਡੈਂਟਸ ਨੂੰ ਲੈਣਾ ਚਾਹੀਦਾ ਵਾ ਔਰ ਸਟੂਡੈਂਟਸ ਨੂੰ ਮੈਂ ਹੀ ਕਹਿਣਾ ਚਾਹੁੰਦਾ ਜੇ ਤੁਸੀਂ ਆ ਦੇਖ ਰਹੇ ਹੋ ਵੀਡੀਓ ਦੇ ਜ਼ਰੀਏ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ 31 ਜਨਵਰੀ ਜਿਹੜਾ 31st ਆਫ ਜਨਵਰੀ ਹੈ ਲਾਸਟ ਡੇਟ ਹੈ ਇਹਨਾਂ ਚੋਂ ਕਈ ਕਾਲਜਸ ਦੀ ਫ੍ਰੀ ਆਫ ਕਾਸਟ ਆਫਰ ਲੈਟਰ ਦੀ ਕਿਉਂਕਿ ਮਾਈਨ ਟੇਕ ਦੀ ਲਾਸਟ ਅਪਲਾਈ ਕਰਨ ਦੀ ਡੇਟ ਜਿਹੜੀ ਉਹ 31 ਜਨਵਰੀ ਮਿੱਥੀ ਗਈ ਹੈ ਕਾਫੀ ਸਾਰੇ ਕਾਲਜਸ ਵੱਲੋਂ ਸੋ ਜੇ ਤੁਸੀਂ ਇਸ ਫ੍ਰੀ ਆਫ ਕਾਸਟ ਆਫਰ ਲੈਟਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਔਰ ਅਗਰ ਫ੍ਰੀ ਆਫ ਕਾਸਟ ਨਹੀਂ ਵੀ ਹੈ ਅਗਰ ਤੁਹਾਡੀ ਕੋਈ ਪੇਡ ਆਫਰ ਹੈ ਔਰ ਤੁਸੀਂ ਜਾਣਾ ਚਾਹੁੰਦੇ ਹੋ ਔਰ ਉਹ 31 ਜਨਵਰੀ ਤੋਂ ਪਹਿਲਾਂ ਪਹਿਲਾਂ ਅਪਲਾਈ ਕਰੋ ਤਾਂ ਕਿ ਤੁਹਾਨੂੰ ਜਿਹੜਾ ਮਈ ਇਨਟੇਕ ਦੇ ਵਿੱਚ ਦਾਖਲਾ ਮਿਲ ਸਕੇ ਜੇ ਸਟੂਡੈਂਟ ਅੱਜ ਟਾਈਮ ਰਹਿੰਦੇ ਅਪਲਾਈ ਨਹੀਂ ਕਰਦਾ ਸਿਰਫ ਉਹਨੂੰ ਇੱਕ ਨੁਕਸਾਨ ਹੈ ਕਿਉਂਕਿ ਫੇਰ ਉਹਨੂੰ ਕੰਪਰੋਮਾਈਜ਼ ਕਰਨਾ ਪੈ ਜਾਂਦਾ ਆਪਣੇ ਪ੍ਰੋਗਰਾਮ ਦੇ ਨਾਲ ਆਪਣੀ ਲੋਕੇਸ਼ਨ ਦੇ ਨਾਲ ਆਪਣੇ ਕਾਲਜ ਦੇ ਨਾਲ ਜੇ ਸਮਾਂ ਰੰਦੇ ਅਪਲਾਈ ਕਰੋਗੇ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਨੇ ਆਪਣੀ ਚੁਆਇਸ ਦੇ ਨਾਲ ਪਰ ਸਭ ਤੋਂ ਪਹਿਲਾਂ ਇਹ ਹੋਣਾ ਚਾਹੀਦਾ ਕਿ ਤੁਹਾਡੀ ਜਿਹੜਾ ਪ੍ਰੋਗਰਾਮ ਦਾ ਚੁਆਇਸ ਹੋਣੀ ਚਾਹੀਦੀ ਹੈ ਕਾਲਜ ਦੀ ਲੋਕੇਸ਼ਨ ਦੀ ਤੁਹਾਡੇ ਅਕੈਡੈਮਿਕ ਦੇ ਬੇਸਿਸ ਤੇ ਹੀ ਹੋਣੀ ਚਾਹੀਦੀ ਹੈ ਗੁਰਪ੍ਰੀਤ ਜੀ ਹੁਣ ਮੈਂ ਇਹ ਵੀ ਜਾਨਣਾ ਚਾਹੂੰਗਾ ਇਹ ਕਿੰਨਾ ਕੰਪੋਰਟੈਂਟ ਹੈ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਸਾਰੇ ਕੰਸਲਟੈਂਟ ਡਾਇਰੈਕਟਲੀ ਐਸੋਸੀਏਟ ਨਹੀਂ ਹੁੰਦੇ ਕਾਲਜ ਜਾਂ ਯੂਨੀਵਰਸਿਟੀ ਨਾਲ ਇਹ ਇੱਕ ਬਹੁਤ ਵੱਡੀ ਤਰਸਦੀ ਹੈ ਪੰਜਾਬ ਦੀ ਬਹੁਤ ਸਾਰੇ ਸਟੂਡੈਂਟ ਜਿਹੜੇ ਹੈ ਕਈ ਵਾਰ ਇਸ ਤਰ੍ਹਾਂ ਦੀ ਜਗ੍ਹਾ ਤੋਂ ਅਪਲਾਈ ਕਰ ਲੈਂਦੇ ਨੇ ਕਿ ਜਿਥੋਂ ਉਹਨਾਂ ਦੀ ਅਗਰ ਅੱਜ ਮੈਂ ਤੁਸੀਂ ਇਹ ਕਹਿ ਲਓ ਸਿੰਪਲ ਵੇ ਦੇ ਨਾਲ ਕਿ ਮੈਂ ਲੁਧਿਆਣੇ ਤੋਂ ਜਲੰਧਰ ਜਾਣ ਨੂੰ ਕਰਦਾ ਪਿਆਵਾ ਔਰ ਅਗਰ ਮੈਂ ਡਾਇਰੈਕਟਲੀ ਅਪਰੋਚ ਕਰਦਾ ਵਾਂ ਸ਼ਾਇਦ ਮੈਂ 1 ਘੰਟੇ ਦੇ ਵਿੱਚ ਅੱਜ ਪਹੁੰਚ ਜਾਣਾ ਵਾਂ ਕੀ ਕਰਾਂ ਕਈ ਸਟੂਡੈਂਟ ਜਿਹੜੇ ਹੈਗੇ ਨੇ ਉਹ ਰੂਟ ਲੈ ਲੈਂਦੇ ਨੇ ਕਿ ਪਹਿਲਾਂ ਇੱਥੋਂ ਸਮਰਾਲਾ ਜਾਵਾਂਗੇ ਫਿਰ ਅਸੀਂ ਹੁੰਦੇ ਹੋਏ ਸਾਰੀ ਦੂਰੋਂ ਦੀ ਰੋਪਣ ਦੇ ਹੁੰਦੇ ਹੋਏ ਦੂਸਰੇ ਪਾਸੇ ਦੀ ਘੁੰਮ ਕੇ ਨਵੇਂ ਸ਼ਹਿਰ ਦੇ ਵੱਲੋਂ ਜਲੰਧਰ ਜਾਵਾਂਗੇ ਤੇ ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿਣਾ ਚਾਹ ਰਿਹਾ ਵਾਂ ਮੈਂ ਇੱਕ ਸਿੰਪਲ ਟਿਪ ਦੇ ਰਿਹਾ ਵਾਂ ਕਿ ਸਮਾਂ ਬਹੁਤ ਵੱਧ ਲੱਗ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਤੁਹਾਨੂੰ ਜਿਹੜੀ ਹੈ ਸਹੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਟਾਈਮਲੀ ਨਹੀਂ ਪਹੁੰਚ ਪਾਂਦੀ ਕਿਉਂਕਿ ਤੁਹਾਡੇ ਜਿਹੜੇ ਕੰਸਲਟੈਂਟ ਹੁੰਦਾ ਹੈ ਸ਼ਾਇਦ ਕੋਈ ਏਜੰਟ ਹੁੰਦਾ ਹੈ ਉਹ ਐਜ਼ ਅ ਸਬ ਏਜੰਟ 딜 ਕਰ ਰਿਹਾ ਔਰ ਜਿਹੜੇ ਮਾਸਟਰ ਏਜੰਟ ਹੈ ਉਹਦੇ ਕੋਲ ਇਨਫੋਰਮੇਸ਼ਨ ਪਹਿਲੇ ਤੌਰ ਤੇ ਆਉਂਦੀ ਹੈ ਔਰ ਅਗਰ ਮਾਸਟਰ ਏਜੰਟ ਉਹ ਲਿ ਜਾਵੇ ਉਹ ਇਨਫੋਰਮੇਸ਼ਨ ਆਪਣੇ ਸਾਬੇਜੈਂਟ ਨੂੰ ਦੇਣਾ ਤੇ ਉਹ ਤੁਹਾਡੇ ਤੱਕ ਸ਼ਾਇਦ ਨਹੀਂ ਪਹੁੰਚ ਪੰਦੀ ਸੋ ਇਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਮੇਂ ਸਿਰ ਆਫਰ ਲੈਣਾ ਚਾਹੁੰਦੇ ਹੋ ਔਰ ਕਿਸੇ ਵੀ ਤਰ੍ਹਾਂ ਦੇ ਡਿਸਪਿਊਟਸ ਨਹੀਂ ਪੈਣਾ ਚਾਹੁੰਦੇ ਕਾਲਜ ਦੇ ਨਾਲ ਸੋ ਤੁਸੀਂ ਬਿਲਕੁਲ ਡਾਇਰੈਕਟ ਕੰਪਨੀ ਦੇ ਜਿਹੜੇ ਕੰਟਰੈਕਟਸ ਹੁੰਦੇ ਨੇ ਕਾਲਜਸ ਨਾਲ ਉਹਨਾਂ ਕੰਪਨੀਆਂ ਨਾਲ ਡੀਲ ਕਰ ਸਕਦੇ ਹੋ ਮੈਂ ਇਸ ਮਾਧਿਅਮ ਤੋਂ ਇਹ ਨਹੀਂ ਕਹਿ ਰਿਹਾ ਕਿ ਸਿਰਫ ਲੈਂਡਮਾਰਕ ਇਮੀਗ੍ਰੇਸ਼ਨ ਹੀ ਹੈ ਜਿਹੜੀ ਕਿ ਸਾਰੇ ਹੀ ਕੰਟਰੈਕਟ ਹਾਸਲ ਕੀਤੇ ਹੋਏ ਨੇ ਕਾਫੀ ਕੰਪਨੀ ਹੋਣਗੀਆਂ ਮਾਰਕੀਟ 'ਚ ਜਿਨ੍ਹਾਂ ਕੋਲ ਡਾਇਰੈਕਟ ਕੰਟੈਕਟਸ ਆ ਤੁਸੀਂ ਇਹ ਚੀਜ਼ਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਅਪਲਾਈ ਕਰਨਾ ਹੈ ਡਾਇਰੈਕਟ ਜਿਨ੍ਹਾਂ ਦਾ ਕਾਲਜ ਨਾਲ ਰابطਾ ਹੈ ਯੂਨੀਵਰਸਿਟੀ ਦੇ ਨਾਲ ਰابطਾ ਹੈ ਉੱਥੋਂ ਕਰੋਗੇ ਸਮਾਂ ਵੀ ਘੱਟ ਲੱਗੇਗਾ ਟਾਈਮ ਵੀ ਯੂਟਿਲਾਈਜ਼ ਹੋਏਗਾ ਔਰ ਪੈਸੇ ਵੀ ਚਾਰ ਬਚਣਗੇ ਤੁਹਾਡੇ ਔਰ ਕੰਮ ਜਲਦੀ ਹੋ ਜਾਏਗਾ ਤੁਹਾਡਾ ਚਲੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਇੰਪੋਰਟੈਂਟ ਡਿਸਕਸ਼ਨ ਹੈ ਜਿਹੜੀ ਉਹ ਗੁਰਪ੍ਰੀਤ ਜੀ ਦੇ ਨਾਲ ਇਸ ਸ਼ੋਅ ਦੇ ਵਿੱਚ ਹੋਈ ਹੈ 90413 90412 ਇਸ ਨੰਬਰ ਤੇ ਡਾਕੂਮੈਂਟਸ ਭੇਜ ਸਕਦੇ ਹੋ WhatsApp ਕਰਕੇ ਅਪਾਇੰਟਮੈਂਟ ਲੈ ਸਕਦੇ ਹੋ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਕਨਫਿਊਜ਼ਨ ਹੈ ਕਿਸੇ ਤਰ੍ਹਾਂ ਦੀ ਕਲੈਰੀਫਿਕੇਸ਼ਨ ਵੀ ਚਾਹੀਦੀ ਹੈ ਤਾਂ ਇਸੇ ਨੰਬਰ ਤੇ ਤੁਸੀਂ ਗੁੜਪੀ ਜੀ ਨਾਲ ਸੰਪਰਕ ਬਣਾ ਸਕਦੇ ਹੋ थैंक यू so much ਗੁੜਪੀ ਜੀ थैंक यू वेरी मच जी